ਭਗਵੰਤ ਮਾਨ ਅਤੇ ਐਮਪੀ ਸੰਜੇ ਸਿੰਘ ਦੀ ਕੇਜਰੀਵਾਲ ਦੇ ਨਾਲ ਨਹੀਂ ਹੋਈ ਮੁਲਾਕਾਤ। ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਿਲਣ ਤੇ ਲਗਾਈ ਰੋਕ। ਜਾਣਕਾਰੀ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਲਈ ਪੱਤਰ ਮਿਲਿਆ ਸੀ। ਇਸ ਤੋਂ ਬਾਅਦ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅੱਜ ਯਾਨੀ ਬੁੱਧਵਾਰ ਨੂੰ ਸੰਜੇ ਸਿੰਘ ਅਤੇ ਭਗਵੰਤ ਮਾਨ ਜੇਲ੍ਹ 'ਚ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ, ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। HSGPC ਨੂੰ ਲੈ ਕੇ ਹਾਈਕੋਰਟ ਦਾ ਫੈਸਲਾ। 28 ਮਾਰਚ ਨੂੰ ਕਮੇਟੀ ਵਿੱਚੋਂ ਕੱਢੇ ਮੈਂਬਰਾਂ ਨੂੰ ਮਿਲੀ ਰਾਹਤ। 28 ਮਾਰਚ ਨੂੰ 5 ਮੈਂਬਰਾਂ ਨੂੰ ਕੀਤਾ ਗਿਆ ਸੀ ਕਮੇਟੀ ਤੋਂ ਬਾਹਰ। ਅੱਜ ਹਾਈਕੋਰਟ ਨੇ ਬਾਹਰ ਕੱਢਣ ਦੇ ਫੈਸਲੇ ਤੇ ਲਗਾਈ ਰੋਕ। ਰਮਨੀਕ ਸਿੰਘ, ਵਿਨਰ ਸਿੰਘ ਅਤੇ ਬਾਕੀ 3 ਲੋਕਾਂ ਨੂੰ ਕੋਰਟ ਨੇ ਦਿੱਤੀ ਰਾਹਤ। ਘਰ 'ਚ ਖਾਣਾ ਬਣਾਉਂਦੇ ਸਮੇਂ ਫਟਿਆ ਗੈਸ ਸਿਲੰਡਰ, ਚੀਕ ਚਿਹਾੜਾ ਸੁਣ ਮੌਕੇ ਤੇ ਪਹੁੰਚੇ ਲੋਕ ਹਾਲਾਤ ਦੇਖ ਉੱਡੇ ਹੋਸ਼। ਹਾਦਸੇ 'ਚ 2 ਬੱਚਿਆਂ ਸਮੇਤ 4 ਝੁਲਸੇ। ਇਸ ਬਲਾਸਟ ਤੋਂ ਬਾਅਦ ਘਰ ਦਾ ਸਾਰਾ ਸਮਾਨ, ਮਕਾਨ ਦੀ ਛੱਤ ਅਤੇ ਕੰਧਾਂ ਵੀ ਨੁਕਸਾਨੀਆਂ ਗਈਆਂ। ਸੁੱਚੇ ਸਿੰਘ ਲੰਗਾਹ ਦੇ ਬੇਟੇ ਨੂੰ ਚਿੱਟੇ ਸਮੇਤ ਗ੍ਰਿਫਤਾਰ ਕਰਨ ਦੇ ਮਾਮਲੇ ਦੇ ਉੱਤੇ ਆਪ ਆਗੂ ਨੀਲ ਗਰਗ ਨੇ ਸਾਧਿਆ ਨਿਸ਼ਾਨਾ, ਕਿਹਾ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਤੇ ਦੂਜੇ ਪਾਸੇ ਆਪਣੀ ਪਾਰਟੀ ਦੇ ਸਾਬਕਾ ਮੰਤਰੀ ਦਾ ਬੇਟਾ ਨਸ਼ੇ ਦੀ ਹਾਲਤ 'ਚ ਮਿਲਿਆ। ਤੇਜ਼ ਰਫ਼ਤਾਰ ਕਾਰ ਚਾਲਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ। ਤੇਜ਼ ਰਫ਼ਤਾਰ ਕਾਰ ਚਾਲਕ ਨੇ ਪਹਿਲਾਂ ਰਿਕਸ਼ਾ ਚਾਲਕ ਤੇ ਫਿਰ ਸੜਕ ਤੇ ਖੜੀ ਕਾਰ ਨੂੰ ਮਾਰੀ ਟੱਕਰ। ਰਿਕਸ਼ਾ ਚਾਲਕ ਤੇ ਇੱਕ ਮਹਿਲਾ ਹੋਏ ਗੰਭੀਰ ਤੌਰ ਤੇ ਜ਼ਖਮੀ, ਹਸਪਤਾਲ ਕਰਵਾਇਆ ਦਾਖਲ। ਮੌਸਮ ਵਿਭਾਗ ਨੇ ਪੰਜਾਬ ਅਤੇ ਉੱਤਰ ਭਾਰਤ ਲਈ ਕੀਤਾ ਯੈਲੋ ਅਲਰਟ। 13 ਤੋਂ 15 ਅਪ੍ਰੈਲ ਤੱਕ ਪੰਜਾਬ ਦੇ ਇਹਨਾਂ ਸੂਬਿਆਂ ਦੇ ਵਿੱਚ ਪੈ ਸਕਦੀ ਹੈ ਤੇਜ਼ ਬਾਰਿਸ਼, ਕਿਹਾ ਕਿਸਾਨ ਆਪਣੀ ਫਸਲਾਂ ਦਾ ਦੇਣ ਵਿਸ਼ੇਸ਼ ਧਿਆਨ। ਭਾਜਪਾ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਸੁਰੱਖਿਆ ਵਿੱਚ ਕੀਤਾ ਗਿਆ ਵਾਧਾ। ਕਿਸਾਨਾਂ ਵੱਲੋਂ ਲਗਾਤਾਰ ਹੀ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਕੀਤਾ ਜਾ ਰਿਹਾ ਸੀ ਵਿਰੋਧ, ਇਸ ਲਈ ਕੀਤਾ ਗਿਆ ਸੁਰੱਖਿਆ 'ਚ ਵਾਧਾ। ਤਰਨਜੀਤ ਸਿੰਘ ਸੰਧੂ ਨੂੰ ਮਿਲੀ Y+ ਕੈਟਾਗਰੀ ਦੀ ਸਿਕਿਉਰਿਟੀ। ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ 'ਚ। NDPCS ਐਕਟ ਤਹਿਤ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਨੂੰ ਚਿੱਟੇ ਦਾ ਨਸ਼ਾ ਕੱਪੜਿਆਂ ਵਿੱਚ ਪਾ ਕੇ ਦੇ ਕੇ ਗਈ ਪਤਨੀ ਤੇ ਇੱਕ ਹੋਰ ਰਿਸ਼ਤੇਦਾਰ। ਜੇਲ੍ਹ ਅਧਿਕਾਰੀਆਂ ਵੱਲੋਂ ਕੱਪੜਿਆਂ ਦੀ ਜਾਂਚ ਕਰਨ ਉਪਰੰਤ ਸਹਾਇਕ ਜੇਲ੍ਹ ਸੁਪਰਡੈਂਟ ਸਿਕੰਦਰ ਸਿੰਘ ਦੀ ਸ਼ਿਕਾਇਤ ਤੇ ਹਵਾਲਾਤੀ ਅਮਰੀਕ ਸਿੰਘ, ਉਸ ਦੀ ਪਤਨੀ ਸੁਖਮੰਦਰ ਕੌਰ ਅਤੇ ਰਿਸ਼ਤੇਦਾਰ ਗੁਰਦੇਵ ਸਿੰਘ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ। ਜ਼ਿਲ੍ਹਾ ਜਲੰਧਰ ਦੇ ਭੋਗਪੁਰ ਨੇੜੇ ਖੰਡ ਮਿਲ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਪਹੁੰਚ ਗਈਆਂ ਤੇ ਕਈ ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਅੱਗ ਤੇ ਪਾਇਆ ਕਾਬੂ। ਮੋਗਾ ਦੇ ਪਿੰਡ ਚੀਮਾ 'ਚ ਭਿਆਨਕ ਸੜਕ ਹਾਦਸਾ। ਪਿੰਡ ਚੀਮਾ ਦੇ ਰਹਿਣ ਵਾਲੇ 2 ਵਿਅਕਤੀਆਂ ਦੀ ਮੌਤ। ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਘਰ ਤੋਂ ਕੰਮ ਲਈ ਮੋਟਰਸਾਈਕਲ ਤੇ ਪਿੰਡ ਕਮਾਲ ਕੇ ਗਏ ਸਨ ਅਤੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਉਹਨਾਂ ਦਾ ਮੋਟਰਸਾਈਕਲ ਟਾਹਲੀ ਨਾਲ ਟਕਰਾ ਗਿਆ, ਜਿਸ ਕਾਰਨ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਕਰਜ਼ੇ ਵਿੱਚ ਡੁੱਬੇ ਦਿੱਗਜ ਕਾਰੋਬਾਰੀ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸੁਪਰੀਮ ਕੋਰਟ ਨੇ ਦਿੱਲੀ ਮੈਟਰੋ ਨਾਲ ਜੁੜੇ ਇੱਕ ਮਾਮਲੇ ਵਿੱਚ DMRC ਨੂੰ ਰਾਹਤ ਦਿੱਤੀ ਹੈ। ਫੈਸਲਾ ਅਨਿਲ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਇਨਫਰਾਸਟ੍ਰਕਚਰ ਦੀ ਮੈਟਰੋ ਯੂਨਿਟ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਪ੍ਰਾਈਵੇਟ ਲਿਮਿਟਿਡ ਅਤੇ ਹੱਕ ਵਿੱਚ ਦਿੱਤਾ ਗਿਆ। ਇਸ ਮਾਮਲੇ ਵਿੱਚ DMRC ਨੂੰ ਦਿੱਲੀ ਏਅਰਪੋਰਟ ਮੈਟਰੋ ਐਕਸਪ੍ਰੈਸ ਪ੍ਰਾਈਵੇਟ ਲਿਮਿਟਿਡ ਨੂੰ 8,000 ਕਰੋੜ ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਤੇ ਲੈ ਕੇ ਦਾਇਰ ਕੀਤੀਆਂ ਗਈਆਂ 3 ਪਟੀਸ਼ਨਾਂ ਵਿੱਚ ਪਟੀਸ਼ਨਰ ਨੂੰ ਹਾਈ ਕੋਰਟ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤੀਸਰੀ ਪਟੀਸ਼ਨ ਆਪ ਦੇ ਸਾਬਕਾ ਵਿਧਾਇਕ ਸੰਦੀਪ ਕੁਮਾਰ ਨੇ ਦਾਇਰ ਕੀਤੀ, ਜਿਸ ਕਾਰਨ ਨਾਰਾਜ਼ ਹਾਈ ਕੋਰਟ ਨੇ ਜੱਜ ਨੇ ਉਹਨਾਂ ਨੂੰ ਫਟਕਾਰ ਵੀ ਲਗਾਈ ਤੇ ਭਾਰੀ ਜੁਰਮਾਨਾ ਵੀ ਕੀਤਾ।
ਮਹਾਰਾਸ਼ਟਰ ਦੇ ਅਹਿਮਦਨਗਰ ਦੇ ਵੜਕੀ ਪਿੰਡ ਵਿੱਚ ਦੇਰ ਰਾਤ ਬਾਇਓਗੈਸ ਟੋਏ ਵਜੋਂ ਵਰਤੇ ਜਾਂਦੇ ਖੰਡਰ ਖੂਹ ਵਿੱਚ ਬਿੱਲੀ ਡਿੱਗ ਗਈ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 6ਵੇਂ ਦੀ ਹਾਲਤ ਗੰਭੀਰ। ਅਲਨੀਨੋ ਸਥਿਤੀ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਜਲਵਾਯੂ ਤਬਦੀਲੀ ਦੇ ਸੰਯੁਕਤ ਪ੍ਰਭਾਵ ਕਾਰਨ ਮਾਰਚ 2024 ਦਾ ਮਹੀਨਾ ਦੁਨੀਆ ਵਿੱਚ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਪਿਛਲੇ ਸਾਲ ਜੂਨ ਤੋਂ ਬਾਅਦ ਇਹ ਲਗਾਤਾਰ 10ਵਾਂ ਮਹੀਨਾ ਜਦੋਂ ਤਾਪਮਾਨ ਨੇ ਨਵਾਂ ਰਿਕਾਰਡ ਬਣਾਇਆ। ਯੂਰਪੀ ਸੰਘ ਦੀ ਜਲਵਾਯੂ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਮੰਗਲਵਾਰ ਦੇਰ ਰਾਤ ਇੱਕ ਬੱਸ ਦੇ ਖੱਡ 'ਚ ਡਿੱਗਣ ਕਾਰਨ 3 ਔਰਤਾਂ ਸਮੇਤ 12 ਲੋਕਾਂ ਦੀ ਮੌਤ ਅਤੇ 15 ਜ਼ਖਮੀ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਇਸ ਘਟਨਾ 'ਤੇ ਦੁੱਖ ਕੀਤਾ ਪ੍ਰਗਟ। ਮਹਾਰਾਸ਼ਟਰ ਕਾਂਗਰਸ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਦੀ ਕਾਰ ਨੂੰ ਭੰਡਾਰਾ ਜ਼ਿਲ੍ਹੇ ਵਿੱਚ ਇੱਕ ਟਰੱਕ ਨੇ ਮਾਰੀ ਟੱਕਰ, ਬਾਲ ਬਾਲ ਬੱਚੇ। ਪਾਰਟੀ ਦੇ ਇੱਕ ਨੇਤਾ ਨੇ ਬੁੱਧਵਾਰ ਨੂੰ ਇਹ ਦਿੱਤੀ ਜਾਣਕਾਰੀ। ਇਹ ਘਟਨਾ ਮੰਗਲਵਾਰ ਰਾਤ ਦੀ ਹੈ। ਪੱਛਮੀ ਬੰਗਾਲ ਪੁਲਿਸ ਨੂੰ ਕੋਲਕਾਤਾ ਹਾਈਕੋਰਟ ਤੋਂ ਵੱਡਾ ਝਟਕਾ। ਬੰਗਾਲ ਪੁਲਿਸ ਬਨਾਮ ਐਨਆਈਏ ਦੇ ਮਾਮਲੇ ਵਿੱਚ ਕੋਲਕਾਤਾ ਹਾਈਕੋਰਟ ਨੇ ਰਾਜ ਦੀ ਪੁਲਿਸ ਨੂੰ ਸਖ਼ਤ ਤਾੜਨਾ ਕੀਤੀ ਅਤੇ ਉਹਨਾਂ ਨੂੰ ਐਨਆਈਏ ਅਧਿਕਾਰੀਆਂ ਨੂੰ ਫਿਲਹਾਲ ਗ੍ਰਿਫਤਾਰ ਨਾ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਕਿਹਾ ਕਿ ਬੰਗਾਲ ਪੁਲਿਸ ਅਗਲੀ ਸੁਣਵਾਈ ਤੱਕ ਐਨਆਈਏ ਅਧਿਕਾਰੀਆਂ ਨੂੰ ਗ੍ਰਿਫਤਾਰ ਨਹੀਂ ਕਰੇਗੀ। ਅਟਾਰੀ ਡਰੱਗ ਬਰਾਮਦਗੀ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੂੰ ਇੱਕ ਹੋਰ ਸਫਲਤਾ ਮਿਲੀ ਹੈ, ਜਿਸ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਉਸਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਸੋਸ਼ੀ ਪੰਨੂ ਵਜੋਂ ਹੋਈ ਹੈ। ਇਸ ਗ੍ਰਿਫਤਾਰੀ ਦੇ ਨਾਲ ਹੀ ਇਸ ਮਾਮਲੇ ਵਿੱਚ ਹੁਣ ਤੱਕ 6 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਬੀਜੇਪੀ ਦਿੱਲੀ ਇਕਾਈ ਦੇ ਵਰਕਰਾਂ ਨੇ ਬੁੱਧਵਾਰ ਨੂੰ DDU ਮਾਰਗ ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਦੇ ਨੇੜੇ ਪ੍ਰਦਰਸ਼ਨ ਕੀਤਾ। ਵਰਕਰਾਂ ਨੇ ਕਥਿਤ ਆਬਕਾਰੀ ਨੀਤੀ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ। ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ। ਇਸ ਦੌਰਾਨ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਅਦਾਲਤ ਵਿੱਚ ਪੇਸ਼ ਹੋਏ। ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨ ਦੀਨੂ ਅਮਾਨ ਉੱਲਾ ਦੀ ਬੈਂਚ ਵਿੱਚ ਸੁਣਵਾਈ ਕਰ ਰਹੀ ਹੈ, ਜਿਸ ਤੋਂ ਪਹਿਲਾਂ 2 ਅਪ੍ਰੈਲ ਨੂੰ ਹੋਈ ਸੁਣਵਾਈ 'ਚ ਪਤੰਜਲੀ ਦੇ ਵੱਲੋਂ ਮੁਆਫ਼ੀ ਪੱਤਰ ਦਾਖਲ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਹੈ। ਹੁਣ ਅਮਰੀਕਾ ਦੇ ਇੱਕ ਸੀਨੀਅਰ MP ਨੇ ਭਾਰਤੀ PM ਦੀ ਤਾਰੀਫ ਕੀਤੀ ਹੈ। ਉਸਨੇ 2014 ਤੋਂ ਦੇਸ਼ ਦੇ ਵਿਕਾਸ ਕਾਰਜਾਂ ਅਤੇ ਆਰਥਿਕ ਤਰੱਕੀ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਭਾਰਤ ਦਾ ਚਿਹਰਾ ਬਣ ਗਏ ਨੇ। ਦੱਖਣੀ ਕੋਰੀਆ ਵਿੱਚ ਅੱਜ ਸੰਸਦੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਸਵੇਰੇ 6 ਵਜੇ ਤੋਂ ਵੋਟਿੰਗ ਜਾਰੀ। ਇਹ ਚੋਣ ਦੇ ਨਤੀਜੇ ਤੈਅ ਕਰਨਗੇ ਕਿ ਰਾਸ਼ਟਰਪਤੀ ਯੂ ਸੂਨ ਯੂਲ ਆਪਣੇ ਕਾਰਜਕਾਲ ਦੇ ਬਾਕੀ 3 ਸਾਲਾਂ ਦੌਰਾਨ ਵਿਧਾਨਕ ਸਮਰਥਨ ਦੇ ਨਾਲ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਦੇ ਯੋਗ ਹੋਣਗੇ ਜਾਂ ਨਹੀਂ। ਆਨਲਾਈਨ ਟੈਕਸੀ ਬੁਕਿੰਗ ਸੇਵਾ ਕੰਪਨੀ ਓਲਾ ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਪਣਾ ਸੰਚਾਲਨ ਬੰਦ ਕਰਨ ਦਾ ਲਿਆ ਫੈਸਲਾ। ਹਾਲਾਂਕਿ ਕੰਪਨੀ ਭਾਰਤ ਵਿੱਚ ਆਪਣੇ ਕਾਰੋਬਾਰ 'ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗੀ। ਪਾਕਿਸਤਾਨ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ 2843 ਵੀਜ਼ੇ ਜਾਰੀ ਕੀਤੇ, ਜਿਸ ਨਾਲ ਉਹਨਾਂ ਨੂੰ 13 ਤੋਂ 22 ਅਪ੍ਰੈਲ ਤੱਕ ਪਾਕਿਸਤਾਨ ਵਿੱਚ ਹੋਣ ਵਾਲੇ ਸਾਲਾਨਾ ਵਿਸਾਖੀ ਤਿਉਹਾਰ ਵਿੱਚ ਹਿੱਸਾ ਲੈਣ ਲਈ ਮਿਲੀ ਇਜਾਜ਼ਤ।
ਪਾਕਿਸਤਾਨ ਵਿੱਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੁਰੱਖਿਆ ਅਤੇ ਹਰ ਮਹੀਨੇ 12 ਲੱਖ ਰੁਪਏ ਦਾ ਆ ਰਿਹਾ ਖਰਚਾ ਜੇਲ੍ਹ ਅਧਿਕਾਰੀਆਂ ਵੱਲੋਂ ਲਾਹੌਰ ਹਾਈਕੋਰਟ ਵਿੱਚ ਪੇਸ਼ ਕੀਤੀ ਰਿਪੋਰਟ ਮੁਤਾਬਕ 71 ਸਾਲਾ ਖਾਨ ਨੂੰ ਜੇਲ੍ਹ ਦੇ ਅੰਦਰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਕਟਰ ਜਿਲ ਬੀਏਡਨ ਨੇ ਜਪਾਨ ਦੇ ਪ੍ਰਧਾਨ ਮੰਤਰੀ ਫੇਮੀਓ ਕਸ਼ੀਦਾ ਅਤੇ ਉਹਨਾਂ ਦੀ ਪਤਨੀ ਦਾ ਵਾਈਟ ਹਾਊਸ ਵਿੱਚ ਕੀਤਾ ਸਵਾਗਤ ਅਤੇ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਉਹਨਾਂ ਨਾਲ ਡਿਨਰ ਵੀ ਕੀਤਾ। ਅਮਰੀਕਾ ਦੇ ਮਿਸ਼ੀਗਨ ਸਕੂਲ ਵਿੱਚ ਆਪਣੇ ਬੱਚੇ ਦੀ ਸਮੂਹਿਕ ਗੋਲੀਬਾਰੀ ਵਿੱਚ ਮਾਪਿਆਂ ਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ ਵਿੱਚ ਮਿਸ਼ੀਗਨ ਦੀ ਅਦਾਲਤ ਨੇ ਮਾਤਾ ਪਿਤਾ ਨੂੰ 10 ਤੋਂ 15 ਸਾਲ ਤੱਕ ਦੀ ਕੈਦ ਸੁਣਾਈ। ਜੇਮਜ਼ ਅਤੇ ਜੈਨੀਫਰ ਅਮਰੀਕਾ ਵਿੱਚ ਪਹਿਲੇ ਮਾਪੇ ਹਨ ਜਿਨ੍ਹਾਂ ਨੂੰ ਆਪਣੇ ਬੱਚੇ ਦੁਆਰਾ ਕੀਤੀ ਗਈ ਸਮੂਹਿਕ ਗੋਲੀਬਾਰੀ ਵਿੱਚ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਗਿਆ। ਹਾਂਗਕਾਂਗ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ 4 ਲੋਕਾਂ ਦੀ ਹੋਈ ਮੌਤ ਅਤੇ 12 ਲੋਕ ਜ਼ਖਮੀ ਹੋਏ। ਹਾਂਗਕਾਂਗ ਵਿੱਚ ਨਿਊ ਲੱਕੀ ਹਾਊਸ ਨਾਂ ਦੀ ਇਮਾਰਤ ਵਿੱਚ ਬਣੇ ਜਿਮ 'ਚ ਅੱਗ ਲੱਗ ਗਈ। ਸੰਸਦ 'ਚ ਹੋਈ ਵੋਟਿੰਗ 'ਚ MP ਸਾਈਮਨ ਹੈਰਿਸ ਨੂੰ ਆਇਰਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਹ 37 ਸਾਲ ਦੀ ਉਮਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਹਨ। ਉੱਤਰੀ ਕੋਰੀਆ ਵਿੱਚ ਇੱਕ ਨਦੀ ਦੇ ਪੁਲ ਉੱਤੇ ਬੱਸ ਹੜ੍ਹ ਵਿੱਚ ਰੁੜ ਗਈ, ਹਾਲਾਂਕਿ ਬੱਸ ਵਿੱਚ ਸਵਾਰ 51 ਯਾਤਰੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਮਨੀਸ਼ਾ ਕੁਰਾਲਾ ਨੇ 28 ਸਾਲ ਬਾਅਦ ਫਿਲਮਕਾਰ ਸੰਜੇ ਲੀਲਾ ਪੰਸਾਲੀ ਨਾਲ ਕੰਮ ਕੀਤਾ। ਵੈਬ ਸੀਰੀਜ਼ ਹੀਰਾ ਮੰਡੀ ਦਾ ਡਾਇਮੰਡ ਬਾਜ਼ਾਰ 'ਚ ਮਨੀਸ਼ਾ ਕੁਰਾਲਾ, ਸੋਨਾਕਸ਼ੀ ਸਿਨਹਾ, ਅਦਿਤੀ ਰਾਓ ਹੈਦਰੀ, ਸ਼ਰਮੀਨ ਸਹਿਗਲ, ਰਿਚਾ ਚੱਡਾ ਅਤੇ ਸੰਜੀਦਾ ਸ਼ੇਖਰ ਕੰਮ ਕਰ ਰਹੇ ਨੇ। ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰੋਫ ਆਪਣੀ ਆਉਣ ਵਾਲੀ ਫਿਲਮ ਬੜੇ ਮੀਆਂ ਛੋਟੇ ਮੀਆਂ ਨੂੰ ਪ੍ਰਮੋਟ ਕਰਨ ਲਈ ਅਬੂ ਧਾਬੀ ਦੇ ਵਿੱਚ ਨੇ। ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਦੋਵਾਂ ਨੇ ਮੰਦਿਰ ਦੇ ਵਿੱਚ ਮੱਥਾ ਟੇਕ ਪ੍ਰਾਰਥਨਾ ਕੀਤੀ। ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਨਜ਼ਰ ਆਉਣ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਬਾਰੇ ਖੁੱਲ੍ਹ ਕੇ ਗੱਲ ਕੀਤੀ। ਫਿਲਮ ਕ੍ਰਿਊ ਬਾਕਸ ਆਫਿਸ ਦੀ ਸੁਪਰ ਹਿੱਟ ਫਿਲਮ ਰਹੀ ਹੈ। ਫਿਲਮ 29 ਮਾਰਚ 2023 ਨੂੰ ਰਿਲੀਜ਼ ਹੋਈ ਸੀ। ਕੁਝ ਹੀ ਦਿਨਾਂ ਦੇ ਵਿੱਚ ਫਿਲਮ ਨੇ ਕਰੋੜਾਂ ਦੀ ਕਮਾਈ ਕੀਤੀ। ਮਸ਼ਹੂਰ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਬਾਕਸ ਆਫਿਸ ਤੇ ਸਭ ਨੂੰ ਹਸਾਉਣ ਲਈ ਤਿਆਰ ਨੇ। ਕ੍ਰੂ ਫਿਲਮ ਦੀ ਜ਼ਬਰਦਸਤ ਕਲੈਕਸ਼ਨ ਦੇ ਬਾਅਦ ਹੁਣ ਅਦਾਕਾਰ ਮੁੜ ਨਵੀਂ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ। ਅਭਿਨੇਤਰੀ ਅਤੇ ਪੰਜਾਬ ਕਿੰਗਸ ਦੀ ਮਾਲਕਣ ਪ੍ਰੀਤੀ ਜਿੰਟਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸਪਾਈਨਲ ਰਿਹੇਬ ਦਾ ਦੌਰਾ ਕੀਤਾ। ਰਿਹੇਬ ਸੈਂਟਰ ਦੇ ਵਿੱਚ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਿਤ ਮਰੀਜ਼ਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਈ। ਐਮਾਜ਼ਾਨ ਫੈਸ਼ਨ ਨੇ ਆਪਣੀ ਨਵੀਂ ਮੁਹਿੰਮ ਫੈਸ਼ਨ ਔਨ ਐਮਾਜ਼ਾਨ ਹਰਪਲ ਫੈਸ਼ਨੇਬਲ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਐਮਾਜ਼ਾਨ ਦੀ ਇਸ ਨਵੀਂ ਮੁਹਿੰਮ 'ਚ ਅਨੰਨਿਆ ਪਾਂਡੇ ਅਤੇ ਅਦਿਤਿਆ ਰਾਏ ਕਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।
ਅਜੇ ਦੇਵਗਨ ਦੀ ਬਹੁਚਰਚਿਤ ਫਿਲਮ ਸਪੋਰਟਸ ਡਰਾਮਾ ਮੈਦਾਨ ਕਾਫੀ ਸਮੇਂ ਤੋਂ ਸੁਰਖੀਆਂ 'ਚ ਆ ਜਦੋਂ ਤੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ। ਇਹ ਫਿਲਮ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਆ। ਫਿਲਮ 'ਚ ਅਜੇ ਦੇਵਗਨ ਸੈਯਦ ਅਬਦੁਲ ਰਹੀਮ ਦੀ ਭੂਮਿਕਾ ਨਿਭਾ ਰਹੇ ਨੇ। ਬਾਲੀਵੁੱਡ ਅਭਿਨੇਤਾ ਬੌਬੀ ਦਿਓਲ, ਫਿਲਮਕਾਰ ਅਨੁਰਾਗ ਕਸ਼ਯਪ ਦੇ ਥ੍ਰਿਲਰ ਫਿਲਮ ਦੇ ਵਿੱਚ ਕੰਮ ਕਰ ਰਹੇ ਨੇ। ਬਾਲੀਵੁੱਡ ਦੇ ਚਰਚਾ ਹੈ ਕਿ ਬੌਬੀ ਦਿਓਲ ਨੇ ਹਾਲ ਹੀ ਦੇ ਵਿੱਚ ਅਨੁਰਾਗ ਕਸ਼ਯਪ ਦੇ ਨਾਲ ਸੱਚੀ ਘਟਨਾ ਤੇ ਆਧਾਰਿਤ ਫਿਲਮ ਥ੍ਰਿਲਰ ਸਾਈਨ ਕੀਤੀ ਹੈ। ਐਕਟਰੈਸ ਅਨੁਸ਼ਕਾ ਸੈਨ ਇਨ੍ਹੀਂ ਦਿਨੀ ਬੁਸਾਨ ਦੇ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੇ ਨੇ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕੋਰੀਆਈ ਹੈਂਡ ਬੈਗ ਪਹਿਨੇ ਹੋਏ ਫੋਟੋ ਸ਼ੇਅਰ ਕੀਤੀ ਹੈ। ਐਕਟਰੈਸ ਅਨੁਸ਼ਕਾ ਸੈਨ ਇਨ੍ਹੀਂ ਦਿਨੀ ਬੁਸਾਨ ਦੇ ਵਿੱਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਪੰਜਾਬ ਨੂੰ ਜਿੱਤ ਲਈ ਆਖਰੀ 6 ਗੇਂਦਾਂ ਤੇ 29 ਦੌੜਾਂ ਦੀ ਲੋੜ ਸੀ, ਪਰ ਟੀਮ 27 ਦੌੜਾਂ ਹੀ ਬਣਾ ਸਕੀ। ਸ਼ਸ਼ਾਂਕ ਅਤੇ ਆਸ਼ੂਤੋਸ਼ ਦੀਆਂ ਧਮਾਕੇਦਾਰ ਪਾਰੀਆਂ ਦੇ ਬਾਵਜੂਦ ਪੰਜਾਬ 6 ਵਿਕਟਾਂ ਤੇ 180 ਦੌੜਾਂ ਹੀ ਬਣਾ ਸਕਿਆ। ਦੋਵਾਂ ਟੀਮਾਂ ਵਿਚਾਲੇ ਮੈਚ ਆਖਰੀ ਓਵਰਾਂ 'ਚ ਕਾਫੀ ਰੋਮਾਂਚਕ ਮੋੜ ਤੇ ਪਹੁੰਚ ਗਿਆ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਫੈਸਲਾ ਬਦਲਣ ਵਾਲੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਖੱਬੇ ਹੱਥ ਦੇ ਸਪਿਨਰ ਇਮਾਦ ਵਸੀਮ ਦੀ ਪਾਕਿਸਤਾਨ ਟੀਮ ਦੇ ਵਿੱਚ ਵਾਪਸੀ ਹੋਈ ਹੈ। ਦੋਵਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ 5 ਮੈਚਾਂ ਦੀ T20 ਅੰਤਰਰਾਸ਼ਟਰੀ ਸੀਰੀਜ਼ ਲਈ ਪਾਕਿਸਤਾਨ ਦੀ 17 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ। ਮੈਚ ਤੋਂ ਬਾਅਦ ਚਾਹਲ ਨੇ ਇੰਸਟਾਗ੍ਰਾਮ ਤੇ ਵਿਰਾਟ ਲਈ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਸ਼ਨੀਵਾਰ ਨੂੰ ਉਹਨਾਂ ਨੇ ਆਪਣੇ ਤੇ ਵਿਰਾਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਤੁਸੀਂ ਹਮੇਸ਼ਾ ਮੇਰੇ ਵਿਰਾਟ ਬਈਆ ਰਹੋਗੇ। ਇੰਸਟਾਗ੍ਰਾਮ ਤੇ ਚਾਹਲ ਦੇ ਫੋਲੋਅਰਸ ਦੀ ਗਿਣਤੀ 94 ਲੱਖ ਤੋਂ ਵੱਧ ਕੇ 1.94 ਕਰੋੜ ਹੋ ਗਈ ਹੈ, ਜਦਕਿ ਚਾਹਲ ਦੇ ਫੋਲੋਅਰਸ ਦੀ ਗਿਣਤੀ ਨੇ ਮਲਾਇਕਾ ਅਰੋੜਾ, ਦਲਜੀਤ ਦੁਸਾਂਝ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਪਿੱਛੇ ਛੱਡ ਦਿੱਤਾ। IPL 2024 ਦਾ ਸਭ ਤੋਂ ਰੋਮਾਂਚਕ ਮੈਚ ਪੰਜਾਬ ਕਿੰਗਸ ਅਤੇ ਸਨਰਾਈਜ਼ਰ ਹੈਦਰਾਬਾਦ ਵਿਚਾਲੇ ਦੇਖਣ ਨੂੰ ਮਿਲਿਆ। ਪੰਜਾਬ ਨੂੰ ਆਖਰੀ ਓਵਰ 'ਚ 29 ਦੌੜਾਂ ਦੀ ਲੋੜ ਸੀ, ਜਦਕਿ 26 ਦੌੜਾਂ ਹੀ ਉਹ ਬਣਾ ਸਕੇ। ਇਸ ਦੌਰਾਨ ਆਸ਼ੂਤੋਸ਼ ਸ਼ਰਮਾ ਨੇ ਜੈਦੇਵ ਦੀ ਬੋਲਿੰਗ ਦੀ ਜੰਮ ਕੇ ਕੁਟਾਈ ਵੀ ਕੀਤੀ। ਅਰਸ਼ਦੀਪ ਸਿੰਘ ਨੇ ਸਨਰਾਈਜ਼ਰ ਹੈਦਰਾਬਾਦ ਖਿਲਾਫ਼ ਜ਼ਬਰਦਸਤ ਗੇਂਦਬਾਜ਼ੀ ਕੀਤੀ ਅਤੇ ਪਰਪਲ ਰਨ ਦੇ ਵਿੱਚ 4 ਵਿਕਟਾਂ ਲੈ ਕੇ ਜ਼ਬਰਦਸਤ ਐਂਟਰੀ ਕੀਤੀ ਅਤੇ ਟੌਪ 3 ਦੇ ਵਿੱਚ ਪਹੁੰਚ ਗਿਆ। ਉਹਨਾਂ ਦੇ 5 ਮੈਚਾਂ ਵਿੱਚ 8 ਵਿਕਟਾਂ ਸਨ। ਪੰਜਾਬ ਲਈ ਚੰਗੀ ਖ਼ਬਰ ਹੈ ਕਿ ਅਰਸ਼ਦੀਪ ਫਾਰਮ 'ਚ ਆ ਗਿਆ ਅਤੇ ਟੀਮ ਚਾਹੇਗੀ ਕਿ ਅਗਲੇ ਕੁਝ ਮੈਚਾਂ 'ਚ ਉਸਦਾ ਪ੍ਰਦਰਸ਼ਨ ਜਾਰੀ ਰਹੇ। ਸਨਰਾਈਜ਼ਰ ਹੈਦਰਾਬਾਦ ਨੇ ਸ਼੍ਰੀਲੰਕੀ ਖਿਡਾਰੀ ਵਨਿੰਦੂ ਹੰਸਾਰੰਗਾ ਦੀ ਜਗ੍ਹਾ ਸ਼੍ਰੀਲੰਕਾ ਦੇ ਲੈਗ ਸਪਿਨਰ ਵਿਜੇ ਕਾਂਤ ਨੂੰ ਟੀਮ 'ਚ ਸ਼ਾਮਲ ਕੀਤਾ। ਹੈਦਰਾਬਾਦ ਨੇ ਵਿਜੇ ਕਾਂਤ ਨੂੰ 50 ਲੱਖ ਰੁਪਏ ਦੀ ਬੇਸ ਕੀਮਤ 'ਤੇ ਜੋੜਿਆ। ਵਿਜੇ ਕਾਂਤ ਪਿਛਲੇ ਸੀਜ਼ਨ 'ਚ ਰਾਜਸਥਾਨ ਰਾਇਲਸ ਟੀਮ ਨਾਲ ਨੈੱਟ ਗੇਂਦਬਾਜ਼ ਵਿੱਚ ਜੁੜੇ ਸਨ। ਚੋਣਕਾਰ T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਰਿਸ਼ਭ ਪੰਤ ਅਤੇ ਮਯੰਕ ਯਾਦਵ ਦੇ ਨਾਵਾਂ 'ਤੇ ਵਿਚਾਰ ਕਰ ਸਕਦੇ ਨੇ। T20 ਵਿਸ਼ਵ ਕੱਪ 1 ਜੂਨ ਤੋਂ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲਾ। ਇਸ ਦੇ ਲਈ ICC ਨੂੰ 1 ਮਈ ਤੱਕ ਸੰਭਾਵਿਤ ਖਿਡਾਰੀਆਂ ਦੇ ਨਾਂ ਭੇਜਣੇ ਹੋਣਗੇ। ਕ੍ਰਿਕਬਸ ਦੇ ਮੁਤਾਬਿਕ IPL ਦੇ ਵਿੱਚ ਆਪਣੇ ਧਮਾਕੇਦਾਰ ਪ੍ਰਦਰਸ਼ਨ ਦੇ ਕਾਰਨ ਵਿਰਾਟ ਕੋਹਲੀ ਨੇ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਅੱਜ ਯਾਨੀ 10 ਅਪ੍ਰੈਲ ਨੂੰ ਸੋਨਾ ਇੱਕ ਵਾਰ ਫਿਰ ਉੱਚ ਪੱਧਰ 'ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਿਕ ਅੱਜ ਕਾਰੋਬਾਰ ਦੌਰਾਨ 10 ਗ੍ਰਾਮ ਸੋਨਾ 216 ਰੁਪਏ ਮਹਿੰਗਾ ਹੋ ਗਿਆ, ਜਿਸ ਦੀ ਕੀਮਤ ਹੁਣ 72,048 ਰੁਪਏ ਹੋ ਗਿਆ।
ਪਿਛਲੇ 4 ਸਾਲਾਂ ਵਿੱਚ ਪਹਿਲੀ ਵਾਰ ਭਾਰਤ ਵਿੱਚ ਯੂਨੀਕੋਰਨ ਕੰਪਨੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਹਰੋਨ ਗਲੋਬਲ ਯੂਨੀਕੋਰਨ ਇੰਡੈਕਸ 2024 ਦੇ ਅਨੁਸਾਰ 2023 ਦੇ ਵਿੱਚ ਭਾਰਤ ਵਿੱਚ ਯੂਨੀਕੋਰਨ ਕੰਪਨੀਆਂ ਦੀ ਗਿਣਤੀ ਘੱਟ ਕੇ 67 ਹੋ ਜਾਣ ਦੀ ਸੰਭਾਵਨਾ ਹੈ। ਭਾਰਤ ਵਿੱਚ 2022 ਅਤੇ 2023 ਵਿੱਚ 68 ਯੂਨੀਕੋਰਨ ਕੰਪਨੀਆਂ ਸਨ। 2017 ਤੋਂ ਬਾਅਦ ਪਹਿਲੀ ਵਾਰ ਯੂਨੀਕੋਰਨਾਂ ਦੀ ਗਿਣਤੀ ਘਟੀ ਹੈ। ਹਾਲਾਂਕਿ ਭਾਰਤ ਦੇ ਮੁਕਾਬਲੇ ਯੂਨੀਕੋਰਨ ਹੋਰ ਦੇਸ਼ਾਂ ਵਿੱਚ ਘੱਟ ਹੋਏ ਨੇ। ਅੱਜ ਯਾਨੀ 10 ਅਪ੍ਰੈਲ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਹੈ। ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 74,950 ਅਤੇ 72 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਵਿੱਚ ਵੀ 50 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। 22,700 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਦੇ 30 ਸਟਾਕਾਂ ਵਿੱਚ 22 ਵਿੱਚ ਵਾਧਾ ਅਤੇ 8 ਵਿੱਚ ਗਿਰਾਵਟ ਦੇਖੀ ਗਈ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।